हाय फ्रेंड्स वेलकम कर दिया ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਕ ਹੋਰ ਨੋਟੀਫਿਕੇਸ਼ਨ ਹੈ ਜਿਹੜਾ ਅੱਜ ਆਊਟ ਕਰ ਦਿੱਤਾ ਗਿਆ ਹੈ ਡੀਸੀ ਆਫਿਸ ਦੇ ਵੱਲੋਂ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ ਬਹੁਤ ਵਧੀਆ ਮੌਕਾ ਤੁਹਾਡੇ ਕੋਲ ਆ ਚੁੱਕਾ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਕਿਹੜੀ ਕਿਹੜੀ ਪੋਸਟਾਂ ਨੂੰ ਆਊਟ ਕੀਤਾ ਗਿਆ ਮੈਂ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਜਾਣਕਾਰੀ ਤੇ ਉਹਦੇ ਨਾਲ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜੀ ਵੀ ਵੈਕੈਂਸੀਜ਼ ਆਉਂਦੀਆਂ ਆ ਜਿਹਦੇ ਵਿੱਚ ਪੰਜਾਬ ਵੀ ਜੌਬ ਲੋਕੇਸ਼ਨ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਆ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਔਰ ਵੀਡੀਓ ਨੂੰ ਲਾਈਕ ਕਰਿਓ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆ ਜਿਵੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ 3 ਤੋਂ 4 ਨਵੇਂ ਨੋਟੀਫਿਕੇਸ਼ਨ ਆਊਟ ਕੀਤੇ ਜਾ ਚੁੱਕੇ ਆ ਦੋ ਵੀਡੀਓ ਕੱਲ ਮੈਂ ਆਪਣੇ ਚੈਨਲ ਤੇ ਅਪਲੋਡ ਕਰਕੇ ਤੁਹਾਨੂੰ ਦੱਸ ਦਿੱਤਾ ਸੀਗਾ ਇੱਕ ਵੀਡੀਓ ਦਾ ਆਈ ਥਿੰਕ ਨੋਟੀਫਿਕੇਸ਼ਨ ਸਾਰੇ ਕੋਲ ਨਹੀਂ ਆ ਪਾਇਆ ਟੈਕਨੀਕਲ ਇਸ਼ੂ ਸੀਗਾ YouTube ਦੀ ਸਾਈਟ ਤੋਂ ਤਾਂ ਤੁਸੀਂ ਉਹ ਸਾਡੇ ਚੈਨਲ ਤੇ ਜਾ ਕੇ ਚੈੱਕ ਜ਼ਰੂਰ ਕਰ ਲਿਓ ਇਸ ਤੋਂ ਇਲਾਵਾ ਸਾਡੀ ਵੈਬਸਾਈਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਵੈਕੈਂਸੀ ਜਿਹੜੀਆਂ ਲੇਟੈਸਟ ਆਈਆਂ ਹੋਈਆਂ ਪੀਟ ਰੀਐਸਬੀ ਡਿਪਾਰਟਮੈਂਟ ਦੀਆਂ ਵੈਕੈਂਸੀਸ ਆ ਉਹਨਾਂ ਨੂੰ ਆਊਟ ਕਰ ਦਿੱਤਾ ਗਿਆ ਹੈ ਡੀਜੀਆਰਟੀ ਡਿਪਾਰਟਮੈਂਟ ਨਾਲ ਰਿਲੇਟਿਡ ਇੱਕ ਹੋਰ ਲੇ ਜਿਹੜਾ ਨੇ ਪਹਿਲਾਂ ਅਪਲਾਈ ਨਹੀਂ ਕੀਤਾ ਸੀਗਾ ਉਹ ਵੀ ਅਪਲਾਈ ਕਰ ਸਕਦੇ ਆ ਤੇ ਉਹਦੇ ਵਿੱਚ ਜਿਹੜਾ ਐਗਜ਼ਾਮ ਹੋਏਗਾ ਦੁਬਾਰਾ ਤੋਂ ਤੇ ਉਹ ਵੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਜਿਹੜਾ ਨੋਟੀਫਿਕੇਸ਼ਨ ਨੂੰ ਚੈੱਕ ਕਰ ਸਕਦੇ ਆ ਇਸ ਤੋਂ ਇਲਾਵਾ 8393 ਪ੍ਰੀ ਪ੍ਰਾਇਮਰੀ ਟੀਚਰ ਦੀ ਵੈਕੈਂਸੀਜ਼ ਵੀ ਆਊਟ ਕੀਤੀ ਜਾ ਚੁੱਕੀ ਆ ਉਹ ਵੀ ਮੈਂ ਆਪਣੀ ਆਫੀਸ਼ੀਅਲ ਸਾਈਟ ਤੇ ਅਪਡੇਟ ਕਰ ਦਿੱਤਾ ਹੈ www.clory.com ਜਿਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾ ਕੇ ਮਿਲ ਜੂਗਾ ਤੇ ਉੱਥੇ ਜਾ ਕੇ ਤੁਸੀਂ ਜਿਹੜੀ ਵਧੇਰੀ ਇਨਫੋਰਮੇਸ਼ਨ ਲੈ ਸਕਦੇ ਆ ਹੁਣ ਆਪਾਂ ਗੱਲ ਕਰਦੇ ਜਿਹੜੀ ਡੀਸੀ ਆਫਿਸ ਦੇ ਵੱਲੋਂ ਰਿਕਰੂਟਮੈਂਟ ਆਊਟ ਕੀਤਾ ਗਿਆ ਉਹਦੇ ਲਈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕਿਆ-ਕਿਆ ਐਲੀਜੀਬਿਲਟੀ ਕਰੀਟੇਰੀਆ ਆ ਜਿਹੜਾ ਇਹਨਾਂ ਨੇ ਦੱਸਿਆ ਹੋਇਆ ਹੈ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਤੇ ਉੱਥੇ ਜਾ ਕੇ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਹ ਪਰਫਾਰਮਾ ਜ਼ਰੂਰ ਦੇਖ ਲਓ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਹੈ ਜਿਹੜੀ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਤੁਹਾਨੂੰ ਮੈਂ ਦੱਸ ਦਿੰਨੀ ਪਹਿਲਾਂ ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਲਿਖਣਾ ਹੀ ਆ ਔਰ ਆਪਣਾ ਨਾਮ ਲਿਖਣਾ ਹੈ ਕੈਪੀਟਲ ਲੈਟਰ ਦੇ ਵਿੱਚ ਡੇਟ ਆਫ ਬਰਥ ਜੈਂਟਰ ਸਲੈਕਟ ਕਰਨਾ ਮੇਲ ਹੈ ਤਾਂ ਮੇਲ ਫੀਮੇਲ ਹੈ ਤਾਂ ਫੀਮੇਲ ਉਸ ਤੋਂ ਬਾਅਦ ਤੁਸੀਂ ਆਪਣਾ ਮੈਰੀਟਲ ਸਟੇਟਸ ਜਿਹੜਾ ਉਹ ਮੈਂਸ਼ਨ ਕਰਨਾ ਹੈ ਫਾਦਰ ਨੇਮ ਹਸਬੰਡ ਨੇਮ ਉਸ ਤੋਂ ਬਾਅਦ ਪੋਸਟਲ ਐਡਰੈਸ ਆਪਣਾ ਕੰਟੈਕਟ ਨੰਬਰ ਅਤੇ ਈਮੇਲ ਆਈਡੀ ਦਾ ਮੈਂਸ਼ਨ ਕਰਨਾ ਹੈ ਤੇ ਕਾਸਟ ਸਰਟੀਫਿਕੇਟ ਕਾਸ ਸਰਟੀਫਿ ਉਥੇ ਮੈਂਸ਼ਨ ਕਰਨਾ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਆਪਣੀ ਮੈਂਸ਼ਨ ਕਰਨੀ ਹੈ ਚਾਹੇ ਉਹ ਅਕੈਡਮੀ ਹੋਵੇ ਟੈਕਨੀਕਲ ਹੋਵੇ ਕੋਈ ਵੀ ਹੋਵੇ ਇਸ ਤੋਂ ਇਲਾਵਾ ਤੁਸੀਂ ਇੱਥੇ ਭਰਨਾ ਹੈ ਕਿਹੜੇ ਸਾਲ ਤੁਸੀਂ ਪਾਸ ਆਊਟ ਕੀਤੀ ਹੈ ਕਿਹੜੀ ਡਿਗਰੀ ਹੈ ਕਿਹੜੀ ਯੂਨੀਵਰਸਿਟੀ ਜਾਂ ਬੋਰਡ ਤੋਂ ਤੁਸੀਂ ਪਾਸ ਆਊਟ ਕੀਤੇ ਹੈ ਜੇ 10th ਹੈ ਕਿਹੜੀ ਬੋਰਡ ਤੋਂ ਪਾਸ ਆਊਟ ਕੀਤੇ ਹੈ ਪਰਸੈਂਟੇਜ ਕਿੰਨੇ ਸੀਗੇ ਤਾਂ ਉਹ ਸਾਰਾ ਤੁਸੀਂ ਮੈਂਸ਼ਨ ਕਰਕੇ ਸਾਈਨ ਕਰਕੇ ਜਿਹੜਾ ਇਹਨਾਂ ਦੇ ਐਡਰੈਸ ਤੇ ਤੁਸੀਂ ਭੇਜਣਾ ਹੈ ਔਰ ਇਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਹੋਇਆ ਕਿ ਤੁਸੀਂ ਆਪਣੀ ਇੱਕ ਲੇਟੈਸਟ ਫੋਟੋਗ੍ਰਾਫ ਹੈ ਜਿਹੜੀ ਇੱਥੇ ਤੁਸੀਂ ਜਿਹੜੀ ਹੈ 셀ਫ ਅਟੈસ્ਟਡ ਡਾਕੂਮੈਂਟ ਨਾਲ ਇੱਥੇ ਤੁਸੀਂ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਇਹਦੇ ਵਿੱਚ ਉਮਰ ਹੱਦ ਕਿੰਨੀ ਆ ਤੁਹਾਡੀ ਉਮਰ ਘੱਟੋ ਘੱਟ 21 ਆ ਤੇ ਵੱਧ ਤੋਂ ਵੱਧ 37 ਤੁਸੀਂ ਅਪਲਾਈ ਕਰ ਸਕਦੇ ਆ ਮਤਲਬ 21 ਤੋਂ 37 ਸਾਲ ਤੱਕ ਵਾਲੇ ਕੈਂਡੀਡੇਟ ਇੱਥੇ ਐਲੀਜੀਬਲ ਨੇ ਅਪਲਾਈ ਕਰ ਸਕਦੇ ਆ ਆਖਰੀ ਤਰੀਕ ਅਪਲਾਈ ਕਰਨ ਦੀ 23 ਦਸੰਬਰ 2020 ਆ ਸ਼ਾਮ 5 ਵਜੇ ਤੱਕ ਤੁਸੀਂ ਜਿਹੜਾ ਅਪਲਾਈ ਕਰਨਾ ਆ ਠੀਕ ਹੈ ਤੁਸੀਂ ਇਹਨਾਂ ਨੇ ਮੈਨਸ਼ਨ ਕੀਤਾ ਹੈ ਤੁਸੀਂ ਰਜਿਸਟਰਡ ਪੋਸਟ ਜਾਂ ਫਿਰ ਸਪੀਡ ਪੋਸਟ ਰਾਹੀਂ ਆਪਣੀ ਜਿਹੜੀ ਐਪਲੀਕੇਸ਼ਨ ਫਾਰਮ ਹੈ ਤੁਸੀਂ ਭੇਜਣਾ ਹੈ ਹੁਣ ਆਪਾਂ ਪਹਿਲਾਂ ਗੱਲ ਕਰਦੇ ਹਾਂ ਵੈਕੈਂਸੀਜ਼ ਦੀ ਕਿਹੜੇ-ਕਿਹੜੀਆਂ ਆਊਟ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਜਿਹੜੀ ਪੋਸਟ ਹੈ ਉਹ ਹੈਗੀ ਹੈ ਕਾਉਂਸਲਰ ਦੀ ਫੀਮੇਲ ਕੈਂਡੀਡੇਟ ਦੀ ਰਿਕੁਆਇਰਮੈਂਟ ਹੈ ਇੱਕ ਪੋਸਟ ਹੈ 15000 ਤੁਹਾਡੀ ਸੈਲਰੀ ਰਹੂਗੀ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਡਿਗਰੀ ਕੀਤੀ ਹੋਈ ਹੈ ਸਾਈਕੋਲੋਜੀ ਦੇ ਵਿੱਚ ਜਾਂ ਫਿਰ ਸੋਸ਼ਲ ਵਰਕ ਦੇ ਵਿੱਚ ਪਲਸ 3 ਸਾਲ ਦਾ ਤੁਹਾਨੂੰ ਐਕਸਪੀਰੀਅੰਸ ਹੈਗਾ ਐਜ਼ ਅ ਕਾਉਂਸਲਰ ਤਾਂ ਤੁਸੀਂ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ ਫਰਸਟ ਵਾਲੀ ਪੋਸਟ ਵਾਸਤੇ ਅਗਲੀ ਜਿਹੜੀ ਪੋਸਟ ਹੈ ਉਹ ਕੇਸ ਵਰਕਰ ਦੀ ਹੈ ਫੀਮੇਲ ਦੇ ਲਈ ਇੱਕ ਪੋਸਟ ਹੈ ਔਰ 12000 ਤੁਹਾਡੀ ਸੈਲਰੀ ਹੋਊਗੀ ਇਹ ਜਰਨਲ ਕੈਟਾਗਰੀ ਦੀ ਪੋਸਟ ਹੈ ਜਿਨ੍ਹਾਂ ਨੇ ਲਾ ਡਿਗਰੀ ਕੀਤੀ ਹੋਈ ਹੈ ਜਾਂ ਫਿਰ ਮਾਸਟਰ ਕੀਤੀ ਹੋਈ ਹੈ ਸੋਸ਼ਲ ਵਰਕ ਦੇ ਵਿੱਚ ਐਟ ਲੀਸਟ 3 ਸਾਲ ਦਾ ਐਕਸਪੀਰੀਅੰਸ ਹੈਗਾ ਉਹ ਸਾਰੇ ਕੈਂਡੀਡੇਟ ਇੱਥੇ ਐਲੀਜੀਬਲ ਨੇ ਅਪਲਾਈ ਕਰ ਸਕਦੇ ਮਤਲਬ ਜਾਂ ਤੁਸੀਂ ਡਿਗਰੀ ਕੀਤੀ ਹੋਏ ਲਾ ਦੇ ਵਿੱਚ ਜਾਂ ਮਾਸਟਰ ਡਿਗਰੀ ਕੀਤੀ ਹੋਈ ਹੋਈ ਹੈ ਤੁਸੀਂ ਜਿਹੜਾ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਪਲੱਸ ਤੁਹਾਨੂੰ ਐਕਸਪੀਰੀਅੰਸ ਇੱਥੇ ਰਿਕੁਆਇਰਡ ਆ ਆ ਇਨ ਦਾ 기ਵਨ ਐਡਰੈਸ ਆ ਤੁਸੀਂ ਦੇਖ ਸਕਦੇ ਆ ਡੀਸੀ ਆਫਿਸ ਆ ਜ਼ਿਲ੍ਹਾ ਪ੍ਰੋਗਰਾਮ ਆਫੀਸਰ ਅਫਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰਬਰ 321 ਦੂਜੀ ਮੰਜ਼ਲ ਫਤੇਗੜ ਸਾਹਿਬ ਤੁਸੀਂ ਜਿਹੜਾ ਭੇਜਣਾ ਆ ਇਹਨਾਂ ਦੀ ਆਫੀਸ਼ਲ ਸਾਈਟ ਤੇ ਵੀ ਤੁਸੀਂ ਜਾ ਕੇ ਨੋਟੀਫਿਕੇਸ਼ਨ ਪੜ ਲਿਓ ਜੇ ਐਲੀਜੀਬਲ ਆ ਹੁਣੇ ਜਾ ਕੇ ਅਪਲਾਈ ਜ਼ਰੂਰ ਕਰ ਲਿਓ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ